ਸ਼ੁਭ ਕਰਨ ਦੀ ਅੰਤਿਮ ਅਰਦਾਸ ਤੇ ਹਰਿਆਣਾ ਕਮੇਟੀ ਦੇ ਵੀ ਕਿਸਾਨ ਪਹੁੰਚੇ ਨੇ ਔਰ ਆਖਿਰਕਾਰ ਕਿਸਾਨਾਂ ਦੀ ਸਟ੍ਰੈਟਜੀ ਕੀ ਆ ਔਰ ਕਿਵੇਂ ਦੇਖਦੇ ਨੇ ਇਸ ਪੂਰੀ ਘਟਨਾ ਨੂੰ, ਕਿਸ ਤਰ੍ਹਾਂ ਦੇਖ ਰਹੇ ਹੋ ਇਸ ਪੂਰੀ ਘਟਨਾ ਨੂੰ ਜੋ ਮੰਦਭਾਗੀ ਘਟਨਾ ਹੋਈ ਜਾਂ ਅੰਤਿਮ ਅਰਦਾਸ ਸੱਜਾ ਪਰ ਸ਼ਾਮਿਲ ਹੋਏ ਹੈਗੇ? ਦੇਖੋ 21 ਤਾਰੀਖ ਕੋ ਜਬ ਭਾਈ ਸ਼ਹੀਦ ਸ਼ੁਭਕਰਨ ਸਿੰਘ ਜੀ ਕੀ ਸ਼ਹਾਦਤ ਹੋਈ ਤੋ ਮੈਂ ਲਖਵਿੰਦਰ ਜੀ ਬਿਲਕੁਲ ਵਹਾਂ ਸਾਥ ਮੇ ਖੜੇ ਥੇ ਔਰ ਯੇ ਮਾਨ ਕੇ ਚਲੋ ਹਮਾਰੇ ਹੱਥੋਂ ਸੇ ਹੀ ਉਨਕਾ ਪਾਰਥਿਵ ਸਰੀਰ ਗੋੜੀ ਲਗਣੇ ਕੇ ਬਾਅਦ ਗੁਜ਼ਰਿਆ ਹੈ। ਵਹਾਂ ਫਾਈਵ ਰਿਵਰ ਵਾਲੋਂ ਕਾ ਖਾਲਸਾਈਡ ਵਾਲੋਂ ਕਾ ਜੋ ਮੈਡੀਕਲ ਕੈਂਪ ਹੈ ਵਹੀਂ ਪੇ ਉਨਕੋ ਪਹਿਲੀ ਵਾਰ ਜਬ ਲਾਏ ਮਤਲਬ ਰਾਤ ਕੋ ਵੀ ਸੋਤੇ ਹੈ ਤੋ ਉਨਕੀ ਜੋ ਮੁੜੀ ਹੋਈ ਗਰਦਨ ਹੈ ਵੋ ਆਂਖੋਂ ਕੇ ਸਾਹਮਣੇ ਸੇ ਜਾ ਨਹੀਂ ਰਹੀ ਹੈ, ਵਹੀ ਚੀਜ਼ ਵਹੀ ਫੋਟੋ ਵਹੀ ਤਸਵੀਰ ਬਾਰ ਬਾਰ ਆ ਰਹੀ ਹੈ। ਹਮ ਤੋ ਇਤਨਾ ਕਹਤੇ ਹੈ ਕਿ ਸਹੀ ਮਾਇਨੋ ਮੇ ਸ਼ੁਕਰਨ ਸਿੰਘ ਜੀ ਕੋ ਸੱਚੀ ਸ਼ਰਧਾਂਜਲੀ ਵੋ ਹੋਗੀ ਜਬ ਵੋ ਤਮਾਮ ਮਾਂਗੇ ਹਮ ਪੂਰੀ ਕਰਾਏਂਗੇ ਜਿਨ ਮਾਂਗੋ ਕੋ ਪੂਰੀ ਕਰਾਣੇ ਕੇ ਲਈ ਉਨ੍ਹਾਂ ਨੇ ਕੁਰਬਾਨੀ ਦੀ ਹੈ, ਚਾਹੇ MSP ਗਾਰੰਟੀ ਕਾਨੂੰਨ ਕੀ ਬਾਤ ਹੋ, ਚਾਹੇ ਕਰਜ਼ ਮੁਕਤੀ ਕੀ ਬਾਤ ਹੋ, ਚਾਹੇ C2+50% ਫਾਰਮੂਲਾ ਕੇ ਅਨੁਸਾਰ ਭਾਓ ਤੈਅ ਕਰਾਣੇ ਕੀ ਬਾਤ ਹੋ, ਜਬ ਇਹ ਤਮਾਮ ਮਾਂਗੇ ਪੂਰੀ ਹੋਗੀ ਵਹੀ ਸਹੀ ਮਾਇਨੋ ਮੇ ਸੱਚੀ ਸ਼ਰਧਾਂਜਲੀ ਹੋਗੀ। ਔਰ ਸ਼ਹੀਦ ਸ਼ੁਕਰਨ ਸਿੰਘ ਅਬ ਉਹ ਇੱਕ ਪਰਿਵਾਰ ਕੇ ਨਹੀਂ ਰਹੇ, ਇੱਕ ਡਿਸਟ੍ਰਿਕਟ ਕੇ ਨਹੀਂ ਰਹੇ, ਇੱਕ ਸਟੇਟ ਕੇ ਨਹੀਂ ਰਹੇ, ਵੋ ਪੂਰੇ ਮੁਲਕ ਕੇ ਔਰ ਪੂਰੀ ਦੁਨੀਆ ਕੇ ਕਿਸਾਨੋ ਕੇ ਸ਼ਹੀਦ ਹੋ ਗਏ ਹੈ ਔਰ ਆਉਣੇ ਵਾਲੀ ਪੀੜ੍ਹੀ ਹਮੇਸ਼ਾ ਯਾਦ ਰੱਖੇਗੀ ਕਿ ਇੱਕ 22 ਸਾਲ ਕੇ ਨੌਜਵਾਨ ਨੇ, ਦੋ ਭੈਣੋ ਕੇ ਇਕਲੌਤੇ ਭਾਈ ਨੇ ਇਤਨੀ ਬੜੀ ਕੁਰਬਾਨੀ ਦੇ ਕੇ ਇਸ ਅੰਦੋਲਨ ਕੋ ਇਤਨੀ ਮਜ਼ਬੂਤੀ ਦੇਣਾ ਕੰਮ ਕਰਿਆ ਥਾ। ਇਸ ਤਰ੍ਹਾਂ ਦਾ ਫੈਸਲਾ ਅੱਜ ਕਿਸਾਨ ਜਥੇਬੰਦੀਆਂ ਨੂੰ ਲਿਆ ਜਾਣਾ, ਲੜਾਈ ਬੜੀ ਲੰਬੀ ਹੈ, ਅਲੱਗ ਅਲੱਗ ਜਥੇਬੰਦੀਆਂ ਐਗਿਟੇਸ਼ਨ ਕਰ ਰਹੀਆਂ ਨੇ, ਹਰਿਆਣਾ ਦਾ ਕੀ ਸਟੈਂਡ ਹੈ ਤੁਹਾਡਾ? ਦੇਖੋ ਦੋਨੋ ਫੋਰਮ ਸੰਯੁਕਤ ਕਿਸਾਨ ਮੋਰਚਾ ਹੈ, ਰਾਜਨੀਤਿਕ ਔਰ ਕਿਸਾਨ ਮਜ਼ਦੂਰ ਮੋਰਚਾ, ਦੋਨੋ ਨੇ ਆਪਣੀ ਮੀਟਿੰਗ ਤੈਅ ਕਰਕੇ ਆਪਣਾ ਫੈਸਲਾ ਕਰ ਲਿਆ ਹੈ, ਜੋ ਐਲਾਨ ਹੋਗਾ ਦੋਨੋ ਫੋਰਮੋ ਕੀ ਤਰਫ ਸੇ ਵੋ ਅੱਜ ਸਟੇਜ ਸੇ ਐਲਾਨ ਕੀਆ ਜਾਏਗਾ। ਲੱਗਦਾ ਨਹੀਂ ਏਕੇ ਦੀ ਕਮੀ ਹੈ, ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਜਾਂਦੀਆਂ ਤਾਂ ਅੱਜ ਮਾਹੌਲ ਕੁਝ ਹੋਰ ਹੋਣਾ ਸੀਗਾ। ਦੇਖੋ ਮੈਂ ਆਪਕੋ ਇੱਕ ਚੀਜ਼ ਕਹਿ ਰਹਾ ਹੂੰ, ਪਿਛਲਾ ਅੰਦੋਲਨ ਵੀ ਕਿਸਾਨੋ ਨੇ ਲੜਿਆ, ਇਹ ਅੰਦੋਲਨ ਵੀ ਕਿਸਾਨ ਲੜ ਰਹੇ ਹੈ। ਹਮਾਰੇ ਜੈਸੇ ਲੋਕ ਲਖਵਿੰਦਰ ਜੀ ਹੈ, ਅਮਰਜੀਤ ਜੀ ਹੈ ਔਰ ਰਮਨਦੀਪ ਜੀ ਹੈ ਔਰ ਸੰਦੀਪ ਜੀ ਹੈ, ਹਮ ਨੁਮਾਇੰਦੇ ਹੈ ਕਿਸਾਨ ਸਮਾਜ ਕੇ, ਠੀਕ ਹੈ। ਅੰਦੋਲਨ ਲੜਨੇ ਦਾ ਕੰਮ ਇੱਕ ਆਮ ਕਿਸਾਨ ਕਰ ਰਿਹਾ ਹੈ, ਤੋ ਜੋ ਸਮੇਂ ਔਰ ਪਰਿਸਥਿਤੀ ਕੇ ਅਨੁਸਾਰ ਜਿਨ ਸੰਗਠਨੋਂ ਕੋ ਜਿਨ ਸਾਥੀਓਂ ਕੋ ਇਹ ਲੱਗਤਾ ਹੈ ਕਿ ਭਾਈ MSP ਦਾ ਕਾਨੂੰਨ ਜ਼ਰੂਰੀ ਹੈ, ਲਖੀਮਪੁਰ ਖੀਰੀ ਕੇ ਕਿਸਾਨੋਂ ਕੋ ਨਿਆਂ ਦਿਲਾਣਾ ਜ਼ਰੂਰੀ ਹੈ, ਸ਼ੁਭਕਰਨ ਸਿੰਘ ਜੀ ਕੋ ਨਿਆਂ ਦਿਲਾਣਾ ਜ਼ਰੂਰੀ ਹੈ, ਉਨਕੇ ਕਾਤਿਲੋਂ ਕੋ ਜੇਲ੍ਹ ਮੇਂ ਭੇਜਣਾ ਜ਼ਰੂਰੀ ਹੈ, ਵੋ ਸਭ ਲੋਕ ਸਾਥ ਹੋ ਕੇ ਅੰਦੋਲਨ ਲੜ ਰਹੇ ਹੈ ਔਰ ਦੋਨੋ ਫੋਰਮ ਕੇ ਜੋ ਨਿਯਮ ਤੈਅ ਕਰੇ ਗਏ ਹੈ ਉਨ ਨਿਯਮ ਉਨ ਕਾਨੂੰਨੋਂ ਕੇ ਤਹਿਤ ਜੋ ਵੀ ਸਾਥੀ ਆ ਕੇ ਇਸ ਅੰਦੋਲਨ ਕੋ ਮਜ਼ਬੂਤੀ ਦੇਣਾ ਚਾਹਤਾ ਉਸਕਾ ਸਵਾਗਤ ਹੈ। ਔਰ ਮੈਂ ਇੱਕ ਬਾਤ ਕਹਿ ਦੂੰ, ਅੱਜ ਦੋਨੋ ਫੋਰਮ ਕੇ ਲੀਡਰ ਖੜੇ ਹੈ ਹਰਿਆਣਾ ਕੇ, ਹਮ ਇੱਕ ਬਾਤ ਸਪਸ਼ਟ ਕਰਨਾ ਚਾਹ ਰਹੇ ਹੈਂ, ਦੇਖੋ ਨਾ ਤੋ ਹਮੇ ਮਾਈਕ ਕਾ ਕੋਈ ਸ਼ੌਕ ਹੈ ਦੋਨੋ ਫੋਰਮ ਕੇ ਨੇਤਾਓਂ ਕੋ, ਨਾ ਹੀ ਮੰਚ ਕਾ ਕੋਈ ਸ਼ੌਕ ਹੈ, ਨਾ ਹੀ ਕੋਈ ਮੀਡੀਆ ਕਾ ਸ਼ੌਕ ਹੈ, ਨਾ ਹੀ ਕੋਈ ਮੀਟਿੰਗੋਂ ਕਾ ਸ਼ੌਕ ਹੈ। ਅਗਰ ਦੋਨੋ ਫੋਰਮੋ ਕੇ ਨਿਯਮ ਮਾਨ ਕੇ ਜੋ ਵੀ ਸਾਥੀ ਇਸ ਅੰਦੋਲਨ ਕੋ ਮਜ਼ਬੂਤੀ ਕਰਨਾ ਚਾਹਤਾ ਹੈ ਉਨਕਾ ਸਵਾਗਤ ਹੈ, ਉਨਕੋ ਮੀਟਿੰਗ ਮੇਂ ਵੀ ਉਨਕੋ ਭੇਜ ਦੇਂਗੇ, ਮਾਈਕ ਪੇ ਵੀ ਉਨਕੋ ਹੀ ਰੱਖੇਂਗੇ, ਮੀਡੀਆ ਮੇਂ ਵੀ ਉਨਕੋ ਹੀ ਰੱਖੇਂਗੇ, ਮੰਚ ਪੇ ਵੀ ਉਨਕੋ ਹੀ ਰੱਖੇਂਗੇ, ਲੇਕਿਨ ਨਿਯਮ ਮਾਨ ਕੇ ਇਸ ਅੰਦੋਲਨ ਕੋ ਜੀਤੋ, ਇਸ ਅੰਦੋਲਨ ਕੋ ਮਜ਼ਬੂਤ ਕਰੋ, ਇਹ ਮਾਂਗੇ ਪੂਰੀ ਕਰਾ ਲੋ ਤਾਂ ਕਿ ਹਮਾਰੇ ਅਗੜੇ ਆਉਣ ਵਾਲੀ ਫਸਲ ਔਰ ਨਸਲ ਬਚ ਸਕੇ। ਲੱਗਦਾ ਅੱਜ ਮੌਕਾ ਤਾਂ ਬੇਸ਼ੱਕ ਸਹੀ ਨਹੀਂ ਹੈ, ਕੋਈ ਨਵੀਂ ਸਟ੍ਰੈਟਜੀ ਬਣ ਸਕਦੀ ਹੈ, ਨਵੀਂ ਗੱਲਬਾਤ ਕੋਈ ਹੋ ਸਕਦੀ ਹੈ ਅੱਗੇ ਕਿਸਾਨ ਅੰਦੋਲਨ ਹੋਰ ਸਟਰੋਂਗ ਹੋਵੇ ਤੇ ਅੱਗੇ ਦਿੱਲੀ ਦੀ ਕੌਲ ਕੀ ਹੈ? ਦੇਖੋ ਇਹ ਸਰਕਾਰ ਨੇ ਸੋਚਣਾ ਹੈ, ਸਾਡਾ ਇੱਕ ਗੋਲੀਆਂ ਮਾਰ ਕੇ ਇੱਕ ਸ਼ੁਭਕਰਨ ਨੂੰ ਸ਼ਹੀਦ ਕੀਤਾ ਹੈ, ਉਹ ਇੱਕ ਨਾਰਾ ਲਾਉਂਦਾ ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ, ਉਹ ਸੋਚ ਕੀ ਸੀ ਸ਼ੁਭਕਰਨ ਦੀ? ਸ਼ੁਭਕਰਨ ਕਿਉਂ ਗਿਆ ਸੀ? ਇਹਨਾਂ ਮੰਗਾਂ ਨੂੰ ਲੈ ਕੇ ਉਹਨਾਂ ਮੰਗਾਂ 'ਤੇ ਅੰਦੋਲਨ ਚੱਲ ਰਿਹਾ। ਰਹੀ ਗੱਲ ਸਟ੍ਰੈਟਜੀ ਦੀ, ਦੇਖੋ ਇਹ ਘੋਲ ਜਦੋਂ ਚੱਲਦੇ ਨੇ, ਸੰਘਰਸ਼ ਚੱਲਦੇ ਨੇ, ਉਹਦੇ ਵਿੱਚ ਮੰਥਨ ਹੁੰਦਾ, ਸਾਡੇ ਦੋਨਾਂ ਫੋਰਮਾਂ ਦੀ ਅੱਡ ਅੱਡ ਮੀਟਿੰਗ ਹੁੰਦੀ ਹੈ, ਫਿਰ ਇਕੱਠੀ ਮੀਟਿੰਗ ਹੁੰਦੀ ਹੈ, ਉਹ 'ਚੋਂ ਇੱਕ ਨਿਚੋੜ ਨਿਕਲ ਕੇ ਆਉਂਦਾ, ਉਹ ਅੱਜ ਜਿਹੜਾ ਹੈਗਾ ਇੱਕ ਵੱਡੀ ਕਾਲੇ ਤੋਂ ਦਿੱਤੀ ਜਾਊਗੀ ਅੱਗੇ ਦੇ ਅੰਦੋਲਨ ਨੂੰ ਤਿੱਖਾ ਕਰਨ ਵਾਸਤੇ, ਇਸ ਜ਼ਾਲਮ ਕਰੂਰ ਸਰਕਾਰ ਦਾ ਹੰਕਾਰ ਭੰਨ ਕੇ ਉਹਨਾਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ। ਦੂਸਰੀ ਗੱਲ ਰਹੀ
ਤੁਸੀਂ ਕਹਿ ਰਹੇ ਸੀ ਵੀ ਉਹ ਨਹੀਂ ਆ ਰਿਹਾ, ਇਹਨੇ ਸਾਡਾ ਧਿਆਨ ਮੰਗਾਂ 'ਤੇ ਹੈ, ਸਾਡਾ ਧਿਆਨ ਅੰਦੋਲਨ 'ਤੇ ਹੈ, ਕੌਣ ਕੀ ਬਿਆਨ ਦੇ ਰਿਹਾ, ਕੌਣ ਕੀ ਕਹਿ ਰਿਹਾ, ਮੀਟਿੰਗ ਉੱਧਰ ਚੱਲ ਰਹੀ ਹੈ, ਰਿਜੈਕਟ ਕੋਈ ਹੋਰ ਕਰ ਰਿਹਾ, ਉਹਨਾਂ ਨਾਲ ਕੋਈ ਮਤਲਬ ਨਹੀਂ ਹੈ। ਜੋ ਕਿਸਾਨ ਸੀ ਇਹਨਾਂ ਮੰਗਾਂ ਦੇ ਪੱਖੀ ਸੀ, ਉਹ ਅੱਜ ਵੀ ਇਸ ਅੰਦੋਲਨ 'ਚ ਨੇ। ਜਿਹੜੇ ਇਹ 95ਵੇਂ ਗੱਲਾਂ ਚਾਹੀਆਂ, ਜਦੋਂ 84 ਦੇ ਟਾਈਮ ਦੇ ਵਿੱਚ ਵੀ ਸਰਕਾਰੀ ਅਸਲੇ ਉਹਨਾਂ ਲੋਕਾਂ ਨੂੰ ਦਿੱਤੇ ਸੀ, ਅੱਜ ਵੀ ਸਰਕਾਰ ਉਹਨਾਂ ਨੂੰ ਮਾਈਕ ਦੇ ਕੇ, ਉਹਨਾਂ ਨੂੰ ਮੰਚ ਦੇ ਕੇ ਅਤੇ ਇਸ ਅੰਦੋਲਨ ਦੇ ਖਿਲਾਫ਼ ਬੋਲਣ ਨੂੰ ਤਿਆਰ ਕਰਦੀ ਹੈ, ਉਹਨਾਂ ਦੀ ਕੋਈ ਪਰਵਾਹ ਨਹੀਂ ਹੈ। ਇਹ ਕਿਸਾਨਾਂ ਦਾ ਅੰਦੋਲਨ ਹੈ, ਕਿਸਾਨ ਲੜਨਗੇ ਤੇ ਕਿਸਾਨ ਜਿੱਤਣਗੇ। ਬਿਲਕੁਲ, ਹਰਿਆਣਾ ਦੇ ਆਗੂ ਸੀ, ਕਹਿ ਰਹੇ ਸੀ ਕਿ ਆਖਿਰਕਾਰ ਅਸੀਂ ਅਗਲੀ ਸਟ੍ਰੈਟਜੀ ਬਣਾ ਰਹੇ ਹਾਂ ਕੁਝ ਹੋਰ ਆਗੂਆਂ ਨਾਲ ਨੇ। ਕੀ ਸਟ੍ਰੈਟਜੀ ਅਗਲੇ ਕੀ ਬਣ ਸਕਦੀ ਹੈ ਕਿ ਕਿਸਾਨ ਇਕੱਠੇ ਹੋ ਜਾਣ, ਜਥੇਬੰਦੀਆਂ ਅਲੱਗ ਅਲੱਗ ਹੋ ਗਈਆਂ, ਉਸ ਤਰ੍ਹਾਂ ਦਾ ਇੰਪੈਕਟ ਸਰਕਾਰ 'ਤੇ ਨਹੀਂ ਪੈ ਰਿਹਾ? ਠੀਕ ਹੈ, ਕਹੀਂ ਨਾ ਕਹੀਂ ਹਮ ਆਪਕੀ ਬਾਤ ਸੇ ਸਹਿਮਤ ਹੈ, ਲੇਕਿਨ ਕਿਸਾਨ ਇਕੱਠੇ ਹੈ, ਜਥੇਬੰਦੀਆਂ ਵੀ ਇਕੱਠੀ ਹੋਊਗੀ ਸਮੇਂ ਕੇ ਉੱਪਰ, ਜੈਸੇ ਜੈਸੇ ਸਮਾਂ ਨਿਕਲੇਗਾ। ਲੇਕਿਨ ਸਭ ਕੁਝ ਸਮਝਣਾ ਚਾਹੀਏ, ਅੰਦੋਲਨ ਕੋ ਪ੍ਰਮੁੱਖਤਾ ਦੇਣੀ ਚਾਹੀਏ, ਜਹਾਂ ਲੋਕ ਆਪਣੀ ਸ਼ਹੀਦੀਆਂ ਦੇਣੇ ਕੋ ਉਤਾਰੂ ਹੈ ਲੋਕ, ਲੇਕਿਨ ਰਾਜਨੀਤੀ ਛੋੜਨੇ ਕੋ ਤਿਆਰ ਨਹੀਂ। ਲੋਕੋਂ ਨੇ ਇਸ ਅੰਦੋਲਨ ਕੇ ਲਈ ਆਪਣੀ ਜਾਨ ਕੁਰਬਾਨ ਕਰਤੀ, 400 ਸੇ ਲੋਕ ਉੱਪਰ ਇੰਜਰਡ ਹੋ ਗਏ ਹੈ, ਲੇਕਿਨ ਕੁਝ ਲੋਕ ਕਹਤੇ ਹਮ ਆਪਣੀ ਪੋਲੀਟੀਕਲ ਸਿਸਟਮ ਨਹੀਂ ਛੋੜ ਸਕਦੇ। ਇਸ ਲਈ ਸਮਝਣਾ ਹੋਗਾ ਸਭ ਲੋਕੋਂ ਕੋ ਕਿ ਅੰਦੋਲਨ ਬੜਾ ਹੋਤਾ ਹੈ, ਕੋਈ ਆਦਮੀ ਬੜਾ ਨਹੀਂ ਹੋਤਾ ਹੈ, ਕੋਈ ਸੰਗਠਨ ਬੜਾ ਨਹੀਂ ਹੋਤਾ। ਇਸ ਲਈ ਅੰਦੋਲਨ ਸਰਕਾਰ ਕੇ ਸਾਥ ਟਕਰਾਓ ਹੈ, ਸਰਕਾਰ ਨੇ ਹਮਾਰੇ ਸਾਥ ਕੀ ਹੋਏ ਵਾਅਦੇ ਹੈ, ਉਨਕੋ ਹੱਕੀ ਮੰਗੋਂ ਕੇ ਲਈ ਹਮ ਅੰਦੋਲਨ ਲੜ ਰਹੇ ਹੈ, ਔਰ ਪੂਰੇ ਦੇਸ਼ ਕੀ ਦਿਸ਼ਾ ਕੋ ਬਦਲਨੇ ਕਾ ਅੰਦੋਲਨ ਹੈ, ਪ੍ਰਾਪਤੀ ਕਾ। ਰਣਨੀਤੀ ਬਣ ਸਕਦੀ ਹੈ ਅੱਜ ਇੱਥੇ? ਹਾਂ ਬਿਲਕੁਲ, ਉਹ ਰਣਨੀਤੀ ਚੱਲ ਵੀ ਰਹੀ ਹੈ, ਉਨਕੋ ਵੀ ਹਮਨੇ ਆਪਣੀ ਬਾਤਚੀਤ ਰੱਖੀ ਹੈ, ਉਹਨਾਂ ਨੇ ਹਮਾਰੇ ਪਾਸ ਰੱਖੀ ਹੈ। ਠੀਕ ਹੈ, ਅੱਜ ਕੀ ਜੋ ਅੰਤਿਮ ਸੰਸਕਾਰ ਅਰਦਾਸ ਹੈ, ਉਸਕੇ ਬਾਅਦ ਜੋ ਦੌਰ ਹੈ ਬਾਤਚੀਤ ਕਾ, ਉਹ ਚੱਲੂ ਹੈ। ਬਿਲਕੁਲ, ਅੰਤਿਮ ਦੌਰ ਹੈ, ਅੰਤਿਮ ਅਰਦਾਸ ਦੇ ਜ਼ਰੂਰ ਪਹੁੰਚੇ। ਅਸੀਂ ਕਹਿ ਰਹੇ ਹਾਂ ਕਿ ਅਗਲੀ ਸਟ੍ਰੈਟਜੀ ਜ਼ਰੂਰ ਬਣਾਵਾਂਗੇ ਤਾਂ ਜੋ ਕਿਸਾਨ ਅੰਦੋਲਨ ਹੈ ਉਸ ਦੇ ਉੱਪਰ ਹੋਰ ਜਾਨ ਫੂਕੀ ਜਾ ਸਕੇ। ਸ਼ੋਕੀ ਕੈਮਰਾਮੈਨ ਅਮਨਦੀਪ ਦੇ ਨਾਲ ਸੂਰਜ ਪਾਲ, ਨਿਊਜ਼ 18 ਪੰਜਾਬ, ਪਿੰਡ ਵੱਲੋਂ, ਬਠਿੰਡਾ।